ਸਤਿ ਸ਼੍ਰੀ ਅਕਾਲ ਜੀ ਫੋਕਸ ਪੰਜਾਬੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਹੈਪੀ ਇੰਡੀਪੈਂਡੈਂਸ ਡੇ ਖੁਸ਼ੀਆਂ ਮਾਣਦੇ ਰਹੋ ਔਰ ਇਹਨਾਂ ਦਾ ਚੈਨਲ ਦੇਖੋ ਬਹੁਤ ਹੀ ਵਧੀਆ ਕੰਮ ਕਰ ਰਹੇ ਹੈ I'm Jyotika Jasuja from Canada and I truly appreciate ki aaj itthe coverage karan aaye hai aisi tarah thoda saath banya rahe saryan naal ehi dua hai meri and keep growing and shining thank you dosto main thoda apna ghand paaji te aapa aaj galla baatan karange canada to ek singer aaye aapa unhan de naal pura janange sat sri akal ma'am sat sri akal ji saryan nu tonu vi te pure ludhiana nu gal baat kiti jave todi journey di te journey kidan di hai ma'am ਦੇਖੋ ਜਰਨੀ ਉਸੇ ਤਰ੍ਹਾਂ ਦੀ ਹੁੰਦੀ ਹੈ ਜਿਸ ਤਰ੍ਹਾਂ ਅਸੀਂ ਉਹਨੂੰ ਸਮਝੀਏ ਵੀ ਹੈਗੀ ਹੈ ਸੋ ਆਈ ਐਮ ਅ ਪਰਸਨ ਆਈ ਟੇਕ ਥਿੰਗਸ ਵੈਰੀ ਪੋਜ਼ਿਟਿਵਲੀ ਐਂਡ ਆਈ ਇਨਕਰੇਜ ਪੀਪਲ ਆਲਸੋ ਕਿ ਤੁਸੀਂ ਖੁਸ਼ ਰਹੋ ਤੇ ਜਿੰਨਾ ਕੁ ਆਪ ਖੁਸ਼ ਰਹੋਗੇ ਸਮਾਈਲ ਕਰੋਗੇ ਤੇ ਆਸ ਪਾਸ ਵੀ ਲੋਕ ਤੁਹਾਡੇ ਸਮਾਈਲ ਕਰਨਗੇ ਮੈਮ ਜਰਨੀ ਜਿਹੜੀ ਹੈ ਉਹ ਤੇ ਥੋੜ੍ਹਾ ਬਹੁਤ ਉਤਾਰ ਚੜਾਅ ਮੁਸ਼ਕਿਲਾਂ ਸਾਰੀਆਂ ਚੀਜ਼ਾਂ ਇੱਕ ਕੋਂਬੀਨੇਸ਼ਨ ਹੁੰਦਾ ਲਾਈਫ 'ਚ ਹੋਣਾ ਹੀ ਹੈ ਸੋ ਸਾਨੂੰ ਵੀ ਮੁਸ਼ਕਿਲਾਂ ਆਈਆਂ ਹੌਲੇ ਹੌਲੇ ਕਰਦੇ ਕਰਦੇ ਅੱਗੇ ਵਧੀਦਾ ਬਸ ਇਹੀ ਅਪਰੋਚ ਹੋਣੀ ਚਾਹੀਦੀ ਹੈ ਪੰਜਾਬ ਤੋਂ ਇੰਨੀ ਦੂਰ ਜਾ ਕੇ ਕੈਨੇਡਾ ਦੇ ਵਿੱਚ ਗਾਣਾ ਸ਼ੁਰੂ ਕਰ ਦਿੱਤਾ ਕਿੱਥੋਂ ਆਇਆ ਮਨ ਦੇ ਵਿੱਚ ਕਿੱਥੋਂ ਆਇਆ ਆਈਡੀਆ ਬਿਲਕੁਲ ਨਹੀਂ ਆਇਆ ਮੈਨੂੰ ਇਟਸ ਅ ਗੋਡ ਗਿਫਟ ਸਭ ਤੋਂ ਪਹਿਲੇ ਐਂਡ ਮੇਰੀ ਫੈਮਿਲੀ 'ਚ ਵੀ ਆਈ ਥਿੰਕ ਇਟਸ ਆਲਸੋ ਇਨ ਦਾ ਬਲੱਡ ਸੋ ਇੱਕ ਉਹ ਮੈਨੂੰ ਕਹਿੰਦੇ ਨਾ ਰੱਬ ਦੀ ਦਾਤ ਮਿਲੀ ਐਂਡ ਮੈਂ ਕਦੀ ਸੋਚਿਆ ਨਹੀਂ ਸੀ ਆਈ ਐਮ ਬਾਈ ਕੁਆਲੀਫਿਕੇਸ਼ਨ ਆਈ ਐਮ ਅ ਡੈਂਟਲ ਸਰਜਨ ਔਰ ਇੱਥੇ ਮੇਰੀ ਪ੍ਰੈਕਟਿਸ ਸੀਗੀ ਜਦੋਂ ਮੈਂ ਗਈ ਸੀ ਇੱਥੋਂ ਇੰਡੀਆ ਤੋਂ ਐਂਡ ਕਦੀ ਸੋਚਿਆ ਨਹੀਂ ਸੀ ਕਿ ਆਮ ਗੋਇੰਗ ਟੂ ਡੂ ਇਟ ਸੋ ਪ੍ਰੋਫੈਸ਼ਨਲੀ ਹਾਲਾਂਕਿ ਮੈਂ ਬਚਪਨ ਤੋਂ ਹੀ ਇਹ ਕਰਦੀ ਆਈ ਪਰਫੋਰਮੈਂਸਿਸ ਐਂਡ ਐਵਰੀਥਿੰਗ ਸੋ ਮਿਊਜ਼ਿਕ ਨਾਲ ਪਿਆਰ ਤਾਂ ਬਹੁਤ ਸੀਗਾ ਪਰ ਹੁਣ ਬਹੁਤ ਗੂੜਾ ਹੋ ਗਿਆ ਪਿਆਰ ਬਿਕੋਜ਼ ਆਈ ਥਿੰਕ ਇਟਸ ਫੂਡ ਫੋਰ ਮਾਈ ਸੋਲ ਐਂਡ ਇੱਕ ਕਦੀ ਉਹ ਹੀ ਜਿਵੇਂ ਤੁਸੀਂ ਪੁੱਛਿਆ ਕਿ ਲਾਈਫ 'ਚ ਜਿਸ ਤਰ੍ਹਾਂ ਵੀ ਚੇਂਜਿਸ ਆਉਂਦੇ ਹੈ ਜਾਂ ਕੁਛ ਇਸ ਤਰ੍ਹਾਂ ਦੀਆਂ ਅਸੀਂ ਆਪ ਵੀ ਕਈ ਵਾਰੀ ਅਡੈਪਟ ਕਰੀਦਾ ਉਸੇ ਤਰ੍ਹਾਂ ਕੁਛ ਨਾ ਮੌਕਾ ਬਣ ਜਾਂਦਾ ਸੋ ਆਈ ਥਿੰਕ ਐਵਰੀਥਿੰਗ ਵਾਜ ਵੈਰੀ ਅਨਪਲੈਨਡ ਬਟ ਆਈ ਐਮ ਸੋ ਗ੍ਰੇਟਫੁਲ ਕਈ ਅਨਪਲੈਨਡ ਜਿਹੜੀਆਂ ਚੀਜ਼ਾਂ ਆਉਂਦੀਆਂ ਉਹ ਹੋਰ ਵਧੀਆ ਹੋ ਜਾਂਦੀਆਂ ਸੋ ਆਈ ਐਮ ਬਲੈਸਡ ਦੈਟ ਵੇ ਗੱਲ ਕੀਤੀ ਜਾਵੇ ਤੁਹਾਡੇ ਉਸਤਾਦ ਦੀ ਤਾਂ ਤੁਹਾਡੇ ਉਸਤਾਦ ਕੌਣ ਹੈ ਸਿੰਗਿੰਗ ਦੇ ਵਿੱਚ ਸਭ ਤੋਂ ਪਹਿਲੇ ਜਿਵੇਂ ਮੈਂ ਕਿਹਾ ਕਿ ਮਿਊਜ਼ਿਕ ਆਈ ਲਰਨਡ ਆਈ ਸਟਾਰਟਡ ਲਰਨਿੰਗ ਮੇਰੀ ਫੈਮਿਲੀ 'ਚ ਹੋਈ ਮੇਰੇ ਜਿਹੜੇ ਗ੍ਰੈਂਡ ਮਦਰ ਹੈ ਉਹ ਬਹੁਤ ਸੋਹਣਾ ਵਧੀਆ ਗਾਉਂਦੇ ਸੀਗੇ ਐਂਡ ਟਿਲ ਡੇਟ ਮੈਨੂੰ ਹਾਲੇ ਵੀ ਹੋਈ ਉਹਨਾਂ ਦੀ ਗਾਈਡੈਂਸ ਪੂਰੀ ਹੈ ਬਾਕੀ ਧਰਮਿੰਦਰ ਕਥਕ ਜੀ ਹੈਗੇ ਹੈ ਉਹਨਾਂ ਨਾਲ ਮੇਰੀ ਬਹੁਤ ਜ਼ਿਆਦਾ ਇੱਕ ਪਿਆਰ ਵੀ ਹੈ ਬਹੁਤ ਹੀ ਇੱਕ ਰਿਸ਼ਤਾ ਜਿਵੇਂ ਗੁਰੂ ਦਾ ਹੁੰਦਾ ਹੈ ਮੇਰੇ ਕਿਸੇ ਵੀ ਸ਼ਿਸ਼ਯ ਨਾਲ ਉਸੇ ਤਰ੍ਹਾਂ ਮੈਂ ਜਦੋਂ ਵੀ ਆਉਂਦੀ ਹਾਂ ਉਹਨਾਂ ਨਾਲ ਟੱਚ ਹੁੰਦੀ ਹਾਂ ਔਰ ਮੇਰੀ ਜਦੋਂ 2-3 ਸਾਲ ਪਹਿਲੇ ਮੈਂ ਆਈ ਸੀਗੀ ਇੱਥੇ ਅਤੇ ਮੈਂ ਉਹਨਾਂ ਨਾਲ ਕੰਮ ਕੀਤਾ ਕੁਛ ਮੇਰੇ ਆਈਡੀਆ ਸੀਗੇ ਅਤੇ ਮੇਰੀ ਇੱਕ ਐਲਬਮ ਵੀ ਰਿਲੀਜ਼ ਹੋਈ ਜਿਹੜੀ ਕਿ ਧਰਮਿੰਦਰ ਸਰ ਨੇ ਪੂਰੀ ਕੀਤੀ ਉਹਨੂੰ ਕੰਪਾਈਲ ਕੀਤਾ ਮੇਰੇ ਆਈਡੀਆਜ਼ ਔਰ ਮਿਕਸ ਕਰਕੇ ਅਸੀਂ ਕੁਛ ਬਣਾਇਆ ਸੋ ਦੈਟ ਇਜ਼ ਕਾਲਡ ਸ਼ੇਡਸ ਆਫ ਲਵ ਸੋ ਗੁਰੂ ਤਾਂ ਮੈਂ ਕਹਿੰਦੀ ਹਾਂ ਤੁਸੀਂ ਵੀ ਸ਼ਾਇਦ ਗੁਰੂ ਹੀ ਹੋ ਹਰ ਕਿਸੇ ਬੰਦੇ ਕੋਲੋਂ ਅਸੀਂ ਸਿੱਖਦੇ ਹਾਂ ਬਟ ਮਿਊਜ਼ਿਕ 'ਚ ਮੈਨੂੰ ਇਹਨਾਂ ਦਾ ਬਹੁਤ ਰਿਗਾਰਡ ਹੈ ਆਪਣੇ ਗ੍ਰੈਂਡ ਮਦਰ ਦਾ ਵੀ ਔਰ ਧਰਮਿੰਦਰ ਕਥਕ ਜੀ ਦਾ ਵੀ ਤੁਸੀਂ ਪਹਿਲੀ ਐਲਬਮ ਕੱਢੀ ਤਾਂ ਕਿੱਦਾਂ ਦਾ ਰਿਸਪੋਂਸ ਸੀ ਜਦੋਂ ਫਸਟ ਟਾਈਮ ਜਿਹੜਾ ਆਏਗਾ ਤੁਸੀਂ ਐਲਬਮ ਕੱਢੀ ਸੈਲੀਬ੍ਰਿਟੀ ਬਣ ਗਏ ਦੈਨ ਸੈਲੀਬ੍ਰਿਟੀ ਮੈਂ ਬਣੀ ਨਹੀਂ ਆ ਤੁਸੀਂ ਬਣਾ ਦੋਗੇ ਤਾਂ ਬਹੁਤ ਅੱਛਾ ਰਹੇਗਾ ਮੈਂ ਜਿਵੇਂ ਕਿਹਾ ਮੇਰੀ ਅਪਰੋਚ ਬਹੁਤ ਸਿੰਪਲ ਹੈ ਅਤੇ ਆਪਣਾ ਬੈਸਟ ਦੇਣਾ ਚਾਹੀਦਾ ਹਰ ਸਿਚੁਏਸ਼ਨ 'ਚ ਬਸ ਮੈਨੂੰ ਇਹੀ ਹੁੰਦਾ ਭਾਵੇਂ ਈਵੈਂਟ ਛੋਟਾ ਹੈ ਵੱਡਾ ਹੈ ਆਪਣਾ ਬੈਸਟ ਪਰਫੋਰਮੈਂਸ ਕਰੋ ਐਂਡ ਹਰ ਵਾਰੀ ਅਸੀਂ ਨਾ ਸਿੱਖਦੇ ਆਪ ਵੀ ਹਾਂ ਆਪਣੀ ਪਰਫੋਰਮੈਂਸ ਤੋਂ ਵੀ ਅਸੀਂ ਕੁਛ ਸਿੱਖਦੇ ਹਾਂ ਸੋ ਸਮਟਾਈਮਸ ਜਿਹੜੇ ਲੋਕ ਹੈ ਆਡੀਅੰਸ ਹੈ ਗੱਲਾਂ ਬਾਤਾਂ ਕਰਕੇ ਵੀ ਸਾਨੂੰ ਪਤਾ ਚੱਲਦਾ ਹੈ ਫੀਡਬੈਕ ਮਿਲਦੀ ਹੈ ਇਸੇ ਤਰ੍ਹਾਂ ਹੀ ਮੈਂ ਹੋਰ ਤੁਹਾਨੂੰ ਕੀ ਦੱਸਾਂ ਗੱਲਾਂ ਤਾਂ ਛੋਟੀਆਂ ਵੱਡੀਆਂ ਬਹੁਤ ਹੁੰਦੀਆਂ ਲਾਈਫ ਵਿੱਚ ਬਟ ਆਲ ਦੈਟ ਮੈਟਰਸ ਇਜ਼ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਪ੍ਰਜੈਂਟ ਕਰ ਰਹੇ ਹੋ ਔਰ ਕਿਸ ਤਰ੍ਹਾਂ ਲਾਈਫ ਨੂੰ ਤੁਸੀਂ ਐਕਸੈਪਟ ਕਰ ਰਹੇ ਹੋ ਸੋ ਆਈਵ ਜਸਟ ਐਕਸੈਪਟਿਡ ਇਟ ਟੋਟਲੀ ਐਂਡ ਇੱਕ ਹੋਰ ਵੀ ਐਸਪੈਕਟ ਹੈ ਇਹਦਾ ਜਿਹੜਾ ਕਿ ਮੈਂ ਕਹਿੰਦੀ ਹਾਂ ਮਿਊਜ਼ਿਕ ਇਜ਼ ਆਲਸੋ ਥੈਰੇਪੀ ਸੋ ਜੇ ਕਿਸੇ ਨੂੰ ਕੋਈ ਜਿਹੜਾ ਵੀ ਕੋਈ ਪ੍ਰੋਬਲਮਸ ਹੁੰਦੀਆਂ ਵੀ ਹੈ ਨਾ ਜਦੋਂ ਤੁਸੀਂ ਇਸੋ ਜਿਹੇ ਮਾਹੌਲ 'ਚ ਆ ਜਾਂਦੇ ਹੋ ਗੀਤਾਂ ਦੇ ਅਤੇ ਉਹ ਸਾਰਾ ਕੁਛ ਭੁੱਲ ਵੀ ਜਾਂਦਾ ਸੋ ਆਈ ਥਿੰਕ ਉਹ ਇੱਕ ਬੜੀ ਮੋਟੀਵੇਸ਼ਨ ਸੀਗੀ ਮੇਰੇ ਵਾਸਤੇ ਆਪਣੇ ਵਾਸਤੇ ਵੀ ਪਰਸਨਲੀ ਸੋ ਬਹੁਤ ਮੈਨੂੰ ਵਧੀਆ ਲੱਗ ਰਿਹਾ ਇਟਸ ਆਲ ਗੋਇੰਗ ਗੁੱਡ ਸੈਲੀਬ੍ਰਿਟੀ ਹੌਲੇ ਹੌਲੇ ਬਣ ਹੀ ਜਾਵਾਂਗੇ ਮੈਮ ਅਗਰ ਗੱਲ ਕੀਤੀ ਜਾਵੇ ਮੁਸ਼ਕਿਲਾਂ ਦੀ ਤਾਂ ਕਿੰਨੀਆਂ ਕੁ ਮੁਸ਼ਕਿਲਾਂ ਆਈਆਂ ਇਸ ਸਫ਼ਰ ਦੇ ਦੌਰਾਨ ਟੋਟਲ
ਮੁਸ਼ਕਿਲਾਂ ਸਿਰਫ ਐਸੀ ਸਫ਼ਰ 'ਚ ਨਹੀਂ ਜਿਵੇਂ ਕਿ ਮੈਂ ਕਿਹਾ ਜ਼ਿੰਦਗੀ 'ਚ ਹੀ ਸਾਰਿਆਂ ਨੂੰ ਹੀ ਕੋਈ ਨਾ ਕੋਈ ਮੁਸ਼ਕਿਲਾਂ ਆਉਂਦੀਆਂ ਹੈ, ਪਰ ਮੁਸ਼ਕਿਲ ਅਸੀਂ ਕਹਿੰਦੇ ਕਿਉਂ ਹਾਂ, ਇਟਸ ਪਾਰਟ ਆਫ ਲਾਈਫ। ਸੋ ਮੁਸ਼ਕਿਲ ਤਾਂ ਹੈ ਜੇ ਮੈਂ ਉੱਥੇ ਰੁਕ ਜਾਵਾਂ, ਮੈਂ ਕਦੀ ਰੁਕੀ ਨਹੀਂ। ਇਹ ਮੇਰੀ ਪ੍ਰੋਬਲਮ ਸੀਗੀ, ਜੇ ਲਾਈਫ ਦੀ ਪ੍ਰੋਬਲਮ ਸੀਗੀ ਤਾਂ ਮੇਰੀ ਵੀ ਪ੍ਰੋਬਲਮ ਸੀਗੀ, ਮੈਂ ਰੁਕਣਾ ਨਹੀਂ ਹੈ। ਠੀਕ ਹੈ, ਥੋੜ੍ਹੀ ਡਾਈਵਰਜ਼ਨ ਆਉਂਦੀ, ਜਿਵੇਂ ਕਹਿੰਦੇ ਨਾ ਰਸਤੇ 'ਚ ਜਾ ਰਹੇ ਹੋ ਸਪੀਡ ਬ੍ਰੇਕਰ ਆਉਂਦੇ ਹੈ, ਅਤੇ ਉਸੇ ਤਰ੍ਹਾਂ ਕੁਛ ਆਏ ਸਪੀਡ ਬ੍ਰੇਕਰ, ਪ੍ਰੋਬਲਮਸ ਆਈਆਂ, ਬਟ ਅੱਗੇ ਵਧੇ। ਕਈ ਵਾਰੀ ਡਾਈਵਰਜ਼ਨਸ ਵੀ ਆ ਜਾਂਦੀਆਂ ਅਤੇ ਫਿਰ ਥੋੜ੍ਹਾ ਜਿਹਾ ਰਸਤਾ ਚੇਂਜ ਕਰ ਲਿਆ। ਸੋ ਦੈਟ ਵੇ ਮੈਂ ਇਸੇ ਤਰ੍ਹਾਂ ਹੀ ਬਸ ਆਪਣੇ ਜਿਹੜੇ ਵੀ ਆਮ ਜ਼ਿੰਦਗੀ, ਐਵਰੀ ਡੇ ਆਈ ਜਸਟ ਲਿਵ ਐਵਰੀ ਡੇ ਐਂਡ ਐਵਰੀ ਮੂਮੈਂਟ। ਹੁਣ ਇੱਥੇ ਆਈ ਹਾਂ, ਮੈਨੂੰ ਜਦੋਂ ਮੈਂ ਇੰਡੀਆ ਆਈ ਸੀ ਕੋਈ ਇਹ ਪਲਾਨਡ ਨਹੀਂ ਸੀ ਆਈ ਐਮ ਗੋਇੰਗ ਟੂ ਕਮ ਹੀਅਰ। ਅੱਜ ਆਈ ਹਾਂ, ਆਈ ਐਮ ਇੰਜੋਇੰਗ ਅ ਲੋਟ, ਐਂਡ ਇੱਕ ਇੱਕ ਜਿਹਦੇ ਨਾਲ ਵੀ ਗੱਲ ਕੀਤੀ ਬਹੁਤ ਅੱਛਾ ਲੱਗਿਆ, ਐਂਡ ਜਿਹਨੂੰ ਵੀ ਮਿਲੇ ਬਹੁਤ ਅੱਛਾ ਲੱਗਿਆ। ਸੋ ਦੈਟਸ ਜਸਟ ਹਾਓ ਆਈ ਐਮ, ਐਂਡ ਇਸੇ ਤਰ੍ਹਾਂ ਹੀ ਉਹੀ ਹੈ ਕਿ ਜੇ ਜ਼ਿੰਦਗੀ ਕੁਛ ਕਹਿੰਦੀ ਹੈ ਤੇ ਮੈਂ ਵੀ ਉਸੇ ਤਰ੍ਹਾਂ ਹੀ ਜਵਾਬ ਦੇ ਦਿੰਦੀ ਹਾਂ। ਸੋ ਇਟਸ ਆਲ ਗੁੱਡ। ਲੁਧਿਆਣੇ ਦੇ ਵਿੱਚ ਆਏ ਤਾਂ ਲੁਧਿਆਣਵੀ ਨੂੰ ਕੀ ਸੁਣਾਉਣ ਜਾ ਰਹੇ ਹੋ ਤੁਸੀਂ? ਲੁਧਿਆਣਾ ਨੂੰ ਮੈਸੇਜ ਕੀ ਦੇਣਾ ਚਾਹੁੰਦੀ ਹਾਂ? ਇਹ ਗੀਤ ਤੁਸੀਂ ਦੱਸ ਦਿਓ, ਤੁਹਾਡਾ ਕਿਹੜਾ ਫੇਵਰੇਟ ਹੈ? ਉਹੀ ਗਾ ਦਿੰਦੇ, ਅਸੀਂ ਤਾਂ ਗਾਉਂਦੇ ਰਹਿੰਦੇ। ਇੱਕ ਮੈਂ ਆਪਣੀ ਐਲਬਮ ਦਾ ਮੇਰਾ ਬਹੁਤ ਕਲੋਜ਼ ਟੂ ਮਾਈ ਹਾਰਟ ਹੈ ਉਹ ਸੌਂਗ, ਥੋੜ੍ਹਾ ਸੌਫਟ ਜਿਹਾ ਮਿਊਜ਼ਿਕ ਹੈ ਉਹਦਾ। ਸੋ ਆਈ ਵਿਲ ਸਿੰਗ 2-3 ਲਾਈਨਸ ਫਰੋਮ ਦੈਟ, ਫਰੋਮ ਮਾਈ ਐਲਬਮ ਸ਼ੇਡਸ ਆਫ ਲਵ। ਐਸੇ ਨਾ ਦੇਖੋ ਹਮਕੋ ਬੇਚੈਨ ਹੋਏ ਜਾਤੇ ਹੈ, ਐਸੇ ਨਾ ਦੇਖੋ ਹਮਕੋ ਬੇਚੈਨ ਹੋਏ ਜਾਤੇ ਹੈ, ਮੇਰੇ ਨੈਣਾ ਤੇਰੇ ਨੈਣੋ ਸੇ ਕਿਉਂ ਸ਼ਰਮਾਤੇ ਹੈ, ਮੇਰੇ ਨੈਣਾ ਤੇਰੇ ਨੈਣੋ ਸੇ ਕਿਉਂ ਸ਼ਰਮਾਤੇ ਹੈ, ਐਸੇ ਨਾ ਦੇਖੋ ਹਮਕੋ ਬੇਚੈਨ ਖੂਬਸੂਰਤ। ਅਗਰ ਗੱਲ ਕੀਤੀ ਜਾਵੇ ਮੈਮ, ਜਦੋਂ ਤੁਹਾਨੂੰ ਫੁਰਸਤ ਦੇ ਲੰਮੇ ਮਿਲਦੇ ਨੇ ਉਸ ਸਮੇਂ ਕੀ ਕਰਦੇ ਹੋ? ਉਸ ਸਮੇਂ ਵੀ ਮੈਂ ਸ਼ਾਇਦ ਹੋਰ ਚੀਜ਼ਾਂ ਲੱਭਦੀ ਹਾਂ ਜਿਹਦੇ ਨਾਲ ਮੈਂ ਆਪਣੀ ਗਾਇਕੀ ਨੂੰ ਇੰਪਰੂਵ ਕਰ ਪਾਵਾਂ, ਔਰ ਕੁਛ ਥੋੜ੍ਹਾ ਜਿਹਾ ਮੇਰਾ ਰੁਝਾਵ ਉਸ ਪਾਸੇ ਵੀ ਹੈ ਜਿੱਥੇ ਕਿ ਮੈਂ ਆਪਣੇ ਨਾਲ ਦੀਆਂ ਜਾਂ ਹੋਰ ਜਿਹੜੀਆਂ ਸਪੈਸ਼ਲੀ ਫੋਰ ਵੈਮਨ ਐਮਪਾਵਰਮੈਂਟ ਆਈ ਐਮ ਪ੍ਰੋ ਫੋਰ ਦੈਟ, ਸੋ ਮੈਂ ਉਹ ਵੀ ਕੋਸ਼ਿਸ਼ ਕਰਦੀ ਹਾਂ ਕਮਿਊਨਿਟੀ ਨਾਲ ਜੁੜਨ ਦੀ, ਔਰ ਜਿੱਥੇ ਵੀ ਆਪਣੀ ਸਪੋਰਟ ਦੇ ਸਕੀਏ ਐਜ਼ ਅ ਵੋਲੰਟੀਅਰ ਮੈਂ ਕਰਦੀ ਹਾਂ ਕੰਮ, ਜਾਂ ਫਿਰ ਕਿਸੇ ਵੀ ਲੈਵਲ 'ਤੇ ਇਨਵੋਲਵ ਹੋਣਾ ਉਹ ਮੈਨੂੰ ਬਹੁਤ ਅੱਛਾ ਲੱਗਦਾ ਹੈ। ਸੋ ਆਈ ਕੀਪ ਮਾਈ ਸੈਲਫ ਓਕਿਊਪਾਈਡ ਐਂਡ ਬਿਜ਼ੀ, ਕੁਛ ਨਾ ਕੁਛ ਇਸੀ ਤਰ੍ਹਾਂ ਹੀ ਕੜੀਆਂ ਵੀ ਜੁੜ ਜਾਂਦੀਆਂ, ਐਂਡ ਫਿਰ ਉਹ ਕਹਿੰਦੇ ਨਾ ਛੋਟੇ ਛੋਟੇ ਫੁੱਲ ਕਰਕੇ ਅਸੀਂ ਗੁਲਦਸਤਾ ਬਣਾ ਹੀ ਲਈਦਾ। ਸੋ ਆਈ ਟਰਾਈ ਟੂ ਡੂ ਦੈਟ। ਅਗਰ ਗੱਲ ਕੀਤੀ ਜਾਵੇ ਤੁਹਾਡੇ ਆਉਣ ਵਾਲੇ ਪ੍ਰੋਜੈਕਟਾਂ ਦੀ, ਤਾਂ ਕਿਹੜੇ ਕਿਹੜੇ ਆਉਣ ਵਾਲੇ ਪ੍ਰੋਜੈਕਟ ਜਿਹੜੇ ਪਾਈਪਲਾਈਨ ਦੇ ਵਿੱਚ? ਕੋਈ ਬਹੁਤ ਵੱਡਾ ਪ੍ਰੋਜੈਕਟ ਤਾਂ ਨਹੀਂ ਹੈ, ਕੁਛ ਮੈਨੂੰ ਕੰਟੈਕਟ ਕੀਤਾ ਗਿਆ ਇੱਥੇ ਵੀ ਲੋਕਲ ਕਲੱਬਸ ਦੇ ਇਵੈਂਟਸ, ਔਰ ਜਿਸ ਤਰ੍ਹਾਂ ਪ੍ਰਾਈਵੇਟ ਇਵੈਂਟਸ ਵਾਸਤੇ ਵੀ ਲੋਕਾਂ ਨੇ ਕੰਟੈਕਟ ਕੀਤਾ। ਐਕਚੁਲੀ ਮੇਰੀ ਵਿਜ਼ਿਟ ਪਿਓਰਲੀ ਫੈਮਿਲੀ ਵਿਜ਼ਿਟ ਹੁੰਦੀ ਹੈ ਇੱਥੇ, ਸੋ ਆਈ ਟਰਾਈ ਟੂ ਸਪੈਂਡ ਮੋਸਟ ਆਫ ਮਾਈ ਟਾਈਮ ਵਿਦ ਦ ਫੈਮਿਲੀ। ਬਾਕੀ ਜਿਸ ਤਰ੍ਹਾਂ ਵੀ ਹੋਏਗਾ ਉਹ ਦੇਖਾਂਗੇ, ਕੁਛ ਨਾ ਕੁਛ ਚੱਲ ਰਹੀ ਹੈ ਹਾਲੇ। ਜਿਵੇਂ ਅੱਜ ਦਾ ਵੀ ਮੈਂ ਤੁਹਾਨੂੰ ਕਿਹਾ ਇੱਥੇ ਆਉਣਾ, ਮੈਨੂੰ ਪਤਾ ਨਹੀਂ ਸੀ, ਬਟ ਆਈ ਐਮ ਹੇਅਰ, ਸੋ ਆਈ ਐਮ ਜਸਟ ਗੋਇੰਗ ਵਿਦ ਦ ਫਲੋ ਫੋਰ ਦ ਡੇਜ਼ ਦੈਟ ਆਈ ਐਮ ਹੇਅਰ। ਅਗਰ ਇੰਟਰਨੈਸ਼ਨਲ ਲੈਵਲ 'ਤੇ ਅਗਰ ਤੁਸੀਂ ਕੋਈ ਮੈਸੇਜ ਦੇਣਾ ਹੋਵੇ ਤਾਂ ਕੀ ਦਿਓਗੇ? ਅਗੇਨ ਸੇਮ ਮੈਸੇਜ, ਐਵਰੀਬਡੀ ਸਪੈਸ਼ਲੀ ਵੁਮੈਨ ਵਾਸਤੇ ਤਾਂ ਮੈਂ ਕਹਿੰਦੀ ਹਾਂ ਹਮੇਸ਼ਾ, ਬਟ ਐਵਰੀਬਡੀ, ਬਿਕੋਜ਼ ਔਰਤਾਂ ਵਾਸਤੇ ਖਾਸ ਕਰ ਮੇਰਾ ਇੱਕ ਮੈਸੇਜ ਜ਼ਰੂਰ ਹੈ, ਐਵਰੀਬਡੀ ਸ਼ੁੱਡ ਇੰਪਾਵਰ ਦੈਮਸੈਲਵਸ, ਐਂਡ ਉਸ ਤੋਂ ਪਹਿਲੇ ਆਪਣੇ ਬੱਚਿਆਂ ਨੂੰ ਇੰਪਾਵਰ ਕਰੋ। ਆਪਣਾ ਜਿਹੜਾ ਤੁਹਾਡਾ ਆਪਣਾ ਬੇਟਾ ਹੈ, ਇੱਕ ਮਾਂ ਜਿਹੜੀ ਕਰ ਸਕਦੀ ਹੈ ਨਾ ਟ੍ਰੇਨਿੰਗ, ਉਹ ਹੋਰ ਕੋਈ ਨਹੀਂ ਕਰ ਸਕਦਾ। ਸੋ ਸਭ ਤੋਂ ਪਹਿਲੇ ਤੁਸੀਂ ਆਪਣੇ ਘਰੋਂ ਸ਼ੁਰੂਆਤ ਕਰੋ। ਇਫ ਯੂ ਐਕਸਪੈਕਟ ਕਿ ਦੁਨੀਆ 'ਚ ਜਿਹੜੇ ਆਦਮੀ ਹੈ ਜਾਂ ਪੀਪਲ ਅਰਾਊਂਡ ਯੂ ਸ਼ੁੱਡ ਰਿਸਪੈਕਟ ਯੂ, ਸੋ ਇਹ ਇੱਕ ਮਾਂ ਦੀ ਡਿਊਟੀ ਹੈ ਕਿ ਆਪਣੇ ਬੱਚੇ ਨੂੰ ਸਭ ਤੋਂ ਪਹਿਲੇ ਉਹ ਸਿਖਾਏ, ਕੁੜੀ ਹੈ ਮੁੰਡਾ ਹੈ ਕੋਈ ਡਿਫਰੈਂਸ ਨਾ ਰੱਖੋ, ਐਂਡ ਦੋਨਾਂ ਨੂੰ ਉਹੀ ਚੀਜ਼ਾਂ ਸਿਖਾਓ ਕਿ ਹਾਊ ਟੂ ਰਿਸਪੈਕਟ one another. So respect, mutual respect is very important in life.
ਐਂਡ ਆਈ ਥਿੰਕ ਜੇ ਤੁਸੀਂ ਮੈਨੂੰ ਵੀ ਪੁੱਛੋ ਆਈ ਥਿੰਕ ਮੈਂ ਇੰਨਾ ਜ਼ਿਆਦਾ ਹੋਰ ਕੁਛ ਨਹੀਂ ਕਮਾਇਆ ਰਿਸ਼ਤੇ ਕਮਾਉਣ 'ਚ ਮੈਂ ਬਿਲੀਵ ਕਰਦੀ ਹਾਂ ਐਂਡ ਆਈ ਹੈਵ ਅ ਵੈਰੀ ਗੁੱਡ ਸਰਕਲ ਇਨ ਕੈਨੇਡਾ ਆਲਸੋ ਇਹੀ ਹੈ ਕਿ ਕੋਈ ਜਦੋਂ ਮੈਂ ਗਈ ਸੀ ਮੈਨੂੰ ਕੋਈ ਨਹੀਂ ਜਾਣਦਾ ਸੀਗਾ ਬਟ ਅੱਜ ਲੋਕ ਅਗਰ ਜਾਣਦੇ ਹੈ ਤਾਂ ਉਹੀ ਇੱਕ ਸ਼ਾਇਦ ਇੰਪੋਰਟੈਂਟ ਗੱਲ ਹੈ ਵੀ ਪਿਆਰ ਨਾਲ ਤੁਸੀਂ ਮਿਲੋ ਸਾਰਿਆਂ ਨੂੰ ਪਿਆਰ ਨਾਲ ਗੱਲ ਕਰੋ ਕੀਪ ਸਮਾਈਲਿੰਗ ਐਂਡ ਸਪਰੈਡ ਦ ਸਮਾਈਲ ਜਾਂਦੇ ਜਾਂਦੇ ਇੱਕ ਪੰਜਾਬੀ ਗੀਤ ਹੋ ਜਾਏ ਫਿਰ ਪੰਜਾਬੀ ਫਿਰ ਮੇਰੀ ਐਲਬਮ 'ਚ ਐਕਚੁਲੀ ਇਹ ਵੀ ਇੱਕ ਮੈਂ ਤੁਹਾਨੂੰ ਦੱਸਦਾ ਸੀਗਾ ਕਿ ਹਿੰਦੀ ਔਰ ਪੰਜਾਬੀ ਦੋਨੋਂ ਹੀ ਗੀਤ ਹੈ ਸੋ ਇਹ ਇੱਕ ਅਸੀਂ ਖਾਸ ਗੱਲ ਮੈਂ ਕਹਿ ਸਕਦੀ ਹਾਂ ਸ਼ੇਡਸ ਆਫ ਲਵ ਦੀ ਕਿ ਕਿਉਂਕਿ ਇੱਕ ਸ਼ੇਡਸ ਆਫ ਲਵ ਦਾ ਵੀ ਇੱਕ ਆਪਣਾ ਹੀ ਮੈਸੇਜ ਸੀਗਾ ਇਹ ਵੀ ਮੇਰਾ ਇੱਕ ਦੁਨੀਆ ਵਾਸਤੇ ਇੱਕ ਮੈਸੇਜ ਮੈਂ ਦੇਣਾ ਚਾਹੁੰਦੀ ਸੀ ਕਿ ਪਿਆਰ ਅਸੀਂ ਕਈ ਵਾਰੀ ਨਾ ਇੱਕ ਦਾਇਰੇ 'ਚ ਰੱਖਦੇ ਹਾਂ ਕੋਈ ਇਹ ਨਹੀਂ ਹੁੰਦਾ ਵੀ ਕੋਈ ਇੱਕ ਹੀ ਰਿਸ਼ਤਾ ਹੁੰਦਾ ਪਿਆਰ ਦਾ ਬਹੁਤ ਸਾਰੇ ਐਂਗਲਸ ਹੁੰਦੇ ਹੈ ਇੱਕ ਮਾਂ ਨਾਲ ਵੀ ਪਿਆਰ ਹੈਗਾ ਹੈ ਅਤੇ ਇੱਕ ਆਪਣੇ ਬੱਚਿਆਂ ਨਾਲ ਵੀ ਹੈ ਰੱਬ ਨਾਲ ਵੀ ਪਿਆਰ ਹੈ ਤੋ ਦੋ ਤੁਹਾਡੀ ਲਾਈਫ 'ਚ ਕੋਈ ਸਪੈਸ਼ਲ ਆਉਂਦਾ ਉਹਦੇ ਨਾਲ ਵੀ ਤੁਹਾਡਾ ਪਿਆਰ ਹੈ ਸੋ ਇਹ ਸਾਰੇ ਐਸਪੈਕਟਸ ਨੂੰ ਦੇਖਦੇ ਹੋਏ ਜਿਹੜੇ ਵੀ ਤੁਸੀਂ ਗਾਣੇ ਉਹ 'ਚ ਦੇਖੋਗੇ 6 ਗਾਣੇ ਹੈਗੇ ਆ 6 ਸੌਂਗਸ ਆਰ ਬੇਸਡ ਔਨ ਲਵ ਦਾ ਥੀਮ ਇਜ਼ ਲਵ ਅਤੇ ਹਰ ਇੱਕ ਦਾ ਇੱਕ ਆਪਣਾ ਮੈਸੇਜ ਹੈ ਸੋ ਪੰਜਾਬੀ ਤੁਸੀਂ ਮੈਨੂੰ ਕਿਹਾ ਉਹਦੇ 'ਚ ਪੰਜਾਬੀ ਗੀਤ ਵੀ ਹੈਗੇ ਆ ਮੈਂ ਤੁਹਾਨੂੰ ਸੁਣਾਉਂਦੀ ਹਾਂ ਐਵੇਂ ਤੱਕਿਆ ਨਾ ਕਰ ਸੋਹਣਿਆ ਸਾਡੀ ਜਾਨ ਨਿਕਲ ਜਾਂਦੀ ਹੈ ਉਹ ਐਵੇਂ ਤੱਕਿਆ ਨਾ ਕਰ ਸੋਹਣਿਆ ਸਾਡੀ ਜਾਨ ਨਿਕਲ ਜਾਂਦੀ ਹੈ ਉਹ ਐਵੇਂ ਤੱਕਿਆ ਨਾ ਕਰ ਸੋਹਣਿਆ ਸਾਡੀ ਜਾਨ ਨਿਕਲ ਜਾਂਦੀ ਹੈ ਉਹ ਲਾਰਾ ਲੱਪਾ ਲਾਈ ਰੱਖਦਾ ਅੱਡੀ ਟੱਪਾ ਲਾਈ ਰੱਖਦਾ ਲਾਰਾ ਲੱਪਾ ਲਾਈ ਰੱਖਦਾ ਅੱਡੀ ਟੱਪਾ ਲਾਈ ਰੱਖਦਾ ਐਵੇਂ ਤੱਕਿਆ ਨਾ ਕਰ ਸੋਹਣਿਆ ਸਾਡੀ ਜਾਨ ਨਿਕਲ ਜਾਂਦੀ ਹੈ ਉਹ ਐਵੇਂ ਤੱਕਿਆ ਨਾ ਕਰ ਸੋਹਣਿਆ ਸਾਡੀ ਜਾਨ ਨਿਕਲ ਜਾਂਦੀ ਹੈ ਥੈਂਕ ਯੂ ਵੈਰੀ ਮੱਚ ਮੈਮ